ਕੀ ਤੁਸੀਂ ਮਾਨਸੀ ਜੀ ਨੂੰ ਪ੍ਰੋਪਰ ਪ੍ਰੋਪਰ ਪ੍ਰਪੋਜ਼ ਕੀਤਾ ਸੀ ਲਾਈਕ ਪ੍ਰਪੋਜ਼ ਨਹੀਂ ਨਾਟ ਪ੍ਰੋਪਰ ਪ੍ਰਪੋਜ਼ ਲੇਕਿਨ ਇਦਾਂ ਜਿਦਾ ਲਿਫਟ ਚ ਮੈਨੂੰ ਯਾਦ ਆ ਹਾਂ ਮੂਵੀ ਲਿਫਟ ਚ ਪ੍ਰਪੋਜ਼ ਕੀਤਾ ਸੀ ਹੱਥ ਫੜਿਆ ਸੀ ਬਸ ਹਾਂ ਇੱਕ ਵਾਰੀ ਪਹਿਲਾਂ ਇਨੀਸ਼ੀਅਲੀ ਜਦੋਂ ਸਟਾਰਟ ਹੋਇਆ ਐਕਚੁਅਲੀ ਫਰੈਂਡ ਸੀਗੇ ਹਾਂ ਯਾ ਸਟਾਰਟਿੰਗ ਚ ਫਰੈਂਡ ਸੀਗੇ ਮੈਂ ਕਿਸੇ ਹੋਰ ਮੇਰਾ ਨਾ ਨਵਾਂ ਨਵਾਂ ਬ੍ਰੇਕਅਪ ਹੋਇਆ ਸੀਗਾ ਉਦੋਂ ਬਹੁਤ ਲੰਬੇ ਅਰਸੇ ਦਾ ਬ੍ਰੇਕਅਪ ਮੈਂ ਪੂਰਾ ਉੱਚ ਸੀ ਵਾਈਲਡ ਕੇ ਹੁਣ ਦਿਖਾਉਣਾ ਫਿਰ ਮੈਂ ਕੀ ਚੀਜ਼ ਆ ਤੇ ਪਾਰਟੀ ਵਾਲਾ ਸਿਸਟਮ ਇਹ ਪਰ ਅਜੇ ਸ਼ੁਕਰ ਹੈ ਉਦੋਂ ਮੈਂ ਗਰਲਫ੍ਰੈਂਡ ਨਹੀਂ ਤੇ ਪਹਿਲਾਂ ਹੀ ਤਲਾਕ ਸੀ ਤੇ ਹਰ ਕਿਸੇ ਕੁੜੀ ਨਾਲ ਡਾਂਸ ਕਰ ਰਿਹਾ ਜਿਪੜ ਕੇ ਹਰ ਟਾਈਮ ਹੁਣ ਮੈਂ ਕਿਹਾ ਹੁਣ ਮੈਂ ਦਿਖਾਉਣਾ ਜੀ ਹੁੰਦਾ ਫੇਸ ਆਉਂਦਾ ਨਾ ਬੰਦੇ ਦਾ ਤੇ ਇੱਕ ਇਹਨਾਂ ਦੇ ਨੋਨ ਸੀਗੇ ਉਹ ਕੁੜੀ ਨੂੰ ਮੈਂ ਥੋੜਾ ਬਤਾ ਮਤਲਬ ਡੇਟ ਨਹੀਂ ਕਰ ਸਕਦੇ ਲਾਈਕਿੰਗ ਐਂਡ ਦੈਨ ਸ਼ੀ ਡਿਸਟ ਹਿਮ ਅਗੇਨ ਲਾਈਕ ਜਿੱਦਾਂ ਵਾਲਾ ਸੀਨ ਸੀ ਬਟ ਮੈਨੂੰ ਪਤਾ ਸੀ ਮੈਂ ਨਹੀਂ ਦੱਸਿਆ ਮੈਂ ਕਿਹਾ ਮੁੰਡਾ ਇੱਕ ਵਾਰੀ ਧੱਕਾ ਖਾ ਗਿਆ ਆਪੇ ਐਕਸਪੀਰੀਅੰਸ ਕਰ ਲਿਆ ਮੈਂ ਸੱਚੀ ਦੱਸਾਂ ਮੈਨੂੰ ਸਮਝ ਆ ਗਈ ਸੀ ਉਹਦੀ ਵਾਈਬ ਤੋਂ ਪਤਾ ਲੱਗ ਜਾਂਦਾ ਕਿ ਥੋੜਾ ਕਿੱਥੇ ਕਿ ਜਾਏਗੀ ਗੱਲ ਕਿੱਥੇ ਕਿ ਜਾਏਗੀ ਗੱਲ ਔਰ ਮੈਂ ਸੱਚੀ 1% ਵੀ ਸੀਰੀਅਸ ਹੋਣ ਦੇ ਉੱਚ ਚੱਕਰ 'ਚ ਨਹੀਂ ਸੀਗਾ ਵਿਆਹ ਵਾਲਾ ਤਾਂ ਬਹੁਤ ਦੂਰ ਦੀ ਗੱਲ ਮੈਂ ਸੋਚਿਆ ਕਦੀ ਵਿਆਹ ਹੀ ਨਹੀਂ ਕਰਾਉਣਾ ਲਾਈਫ 'ਚ ਬਸ ਇੰਜੋਏ ਕਰਨਾ ਹੁਣ ਇਹ ਕਰਨਾ ਉਹ ਕਰਨਾ ਬਹੁਤ ਹੋ ਗਿਆ ਪਿਆਰ ਸ਼ਿਆਰ ਕੁਛ ਨਹੀਂ ਹੁੰਦਾ ਤੇ ਮੈਂ ਇਹਦੇ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿਉਂਕਿ ਤੁਸੀਂ ਫਰੈਂਡ ਜ਼ੋਨ 'ਚ ਰੱਖਿਆ ਹਾਂ ਕਿਉਂਕਿ ਵੀ ਵਰ ਫਰੈਂਡਸ ਇਟ ਇਸ ਸਾਡੀ ਥੈਂਕਸ ਟੂ ਅਜੀਤ ਭਾਬੀ ਜਿਨ੍ਹਾਂ ਨੇ ਦਿਮਾਗ 'ਚ ਪਾਇਆ ਮੈਂ ਐਕਚੁਅਲੀ ਪਤਾ ਕਿਉਂ ਇਹਨੂੰ ਉਸ ਜ਼ੋਨ 'ਚ ਰੱਖਿਆ ਸੀਗਾ ਕਿਉਂਕਿ ਬੰਬੇ ਵਰਗੇ ਸ਼ਹਿਰ 'ਚ ਮੈਂ ਕਦੀ ਇੰਨੀ ਡਿਗਨਿਟੀ ਵਾਲੀ ਔਰ ਡੀਸੈਂਟ ਕੁੜੀ ਇਸ ਸਾਡੀ ਲਾਈਨ 'ਚੋਂ ਮੈਂ ਦੇਖੀ ਨਹੀਂ ਸੀ ਕਦੀ ਅਸੀਂ ਮੁੰਡੇ ਵੀ ਆਪਸ ਜਦੋਂ BCL ਚੱਲਦਾ ਸੀ ਡਿਸਕਸ ਕਰਦੇ ਸੀ ਨਾ ਕਿ ਯਾਰ ਮਾਨਸੀ 'ਚ ਬਹੁਤ ਉਹ ਸਿਸਟਮ ਆ ਉਹ ਘਰੇਲੂ ਜਿਹਾ ਉਹ ਹੈ ਨਹੀਂ ਫਾਲਤੂ ਦਾ ਹਨਾ ਅਤੇ ਮੈਂ ਨਹੀਂ ਸੀ ਚਾਹੁੰਦਾ ਕਿ ਇਹਨੂੰ ਮੈਂ ਉਹ ਵਾਲਾ ਫਲਿੰਗ ਟਾਈਪ ਹਨਾ ਉਹ ਰੱਖਾਂ ਉਹ ਇੱਕ ਰਿਸਪੈਕਟ ਸੀ ਇਹਦੇ ਲਈ ਤੇ ਬਟ ਉਹ ਹੌਲੀ 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 ਕਰਕੇ ਅਸੀਂ ਰੋਜ਼ ਮਿਲਦੇ ਹੁੰਦੇ ਸੀ ਮੈਂ ਦੱਸ ਰਹੀ ਨਾ ਮੈਂ ਇੱਥੇ ਚੈਨਲ 'ਚ ਬੋਲਣਾ ਸੀ ਮੇਰੀ ਜਠਾਨੀ ਜੀ ਨੇ ਕਿਹਾ ਵਾਈ ਡੋਂਟ ਯੂ ਗਾਈਜ਼ ਥਿੰਕ ਅਬਾਊਟ ਈਚ ਅਦਰ ਉਹ ਥਿੰਕ ਕਰਦੇ ਥਿੰਕ ਹੀ ਹੋ ਗਿਆ ਹੁਣ ਅੱਛਾ ਹੋ ਗਿਆ ਉਹਨਾਂ ਦੇ ਦਿਮਾਗ 'ਚ ਪਾਇਆ ਕਿ ਯੂ ਸ਼ੁੱਡ ਥਿੰਕ ਅਬਾਊਟ ਈਚ ਅਦਰ ਓਕੇ ਤੇ ਪ੍ਰਪੋਜ਼ ਵਾਲੀ ਗੱਲ ਦੱਸੋ ਲਿਫਟ ਵਾਲੀ ਕੁਛ ਨਹੀਂ ਅਸੀਂ ਮੈਂ ਇਹਨੂੰ ਡ੍ਰੌਪ ਕਰਨ ਜਾ ਰਿਹਾ ਸੀ ਘਰੇ ਇਹਨਾਂ ਦੇ ਅਤੇ ਉੱਥੇ ਉੱਪਰ ਫਲੈਟ ਛੱਡਣ ਜਾ ਰਿਹਾ ਤੇ ਬਸ ਅਚਾਨਕ ਹੀ ਹੱਥ ਜਿਹਾ ਫੜ ਲਿਆ ਮੇਰੇ ਦੋ ਬੱਚਿਆਂ ਦੀ ਹੋਰ ਮਾਂ ਬਣੋ ਫਿਰ ਤੁਸੀਂ ਮੇਰੀ ਲਾਸ਼ ਕੇ ਉੱਪਰ ਸੇ ਗੁਜ਼ਰ ਕੇ ਜਾਣਾ ਹੋਗਾ ਇਹ ਬੋਲ ਦੋ ਸਕਦਾ ਸਾਡਾ ਨਹੀਂ ਹੁਣ ਅਸੀਂ ਇੱਕ ਪਿਆਰਾ ਜਾਂ ਰੋਮਾਂਟਿਕ ਜਾਂ ਕਿਊਟ ਜਾਂ ਪ੍ਰਪੋਜ਼ਲ ਸੈਟਅਪ ਇੱਥੇ ਤਿਆਰ ਕਰਾਂਗੇ ਐਂਡ ਯੂ ਗਾਈਜ਼ ਹੈਵ ਟੂ ਰੀਕ੍ਰੀਏਟ ਅ ਪ੍ਰਪੋਜ਼ਲ ਔਰ ਮੇਬੀ ਕ੍ਰੀਏਟ ਅ ਪ੍ਰਪੋਜ਼ਲ ਯੈਸ ਪਲੀਜ਼ ਠੀਕ ਹੈ ਇੱਕ ਵਾਰੀ ਮੈਂ ਵੈਲੈਂਟਾਈਨ ਤੇ ਇਹਨਾਂ ਨੂੰ ਬੋਲਿਆ ਸੀ ਏਅਰਪੋਰਟ ਤੇ ਇਹਨਾਂ ਨੇ ਪ੍ਰਪੋਜ਼ ਕੀਤਾ ਸੀ ਉਦੋਂ ਵੀ ਅਦੋ ਵੀ ਵੋ ਲਾਈਕ ਗੋਡ ਮੈਰਿਜ ਵਾਲਾ ਸਿਸਟਮ ਸੀਗਾ ਉਦੋਂ ਤੇ ਕਹਿੰਦੇ ਕਿਆ ਤੂੰ ਮੇਰੇ ਬੱਚੋ ਕੀ ਮਾਂ ਬਣੋਗੀ ਮੈਂ ਕਿਹਾ ਵਾਹ ਇਹ ਕਿਆ ਪ੍ਰਪੋਜ਼ਲ ਤਾਂ ਅੱਜ ਤੁਸੀਂ ਸਿਰਫ ਆਪਣੇ ਲਈ ਪੁੱਛਿਓ ਠੀਕ ਹੈ ਜੀ ਯੈਸ ਓਕੇ ਕੀ ਇਟਰਨਿਟੀ ਤੱਕ ਨਾਲ ਚੱਲੋਗੇ ਮੇਰੇ ਐਸਾ ਕੁਝ ਤੇ ਹੁਣ ਆਪਾਂ ਇੱਕ ਕੰਮ ਕਰਦੇ ਆਂ ਫਟਾਫਟ ਇੱਕ ਕਿਊਟ ਜਿਹਾ ਪ੍ਰਪੋਜ਼ਲ ਸੈਟਅਪ ਇੱਥੇ ਲਗਾ ਦਿੰਦੇ ਆਂ ਐਂਡ ਦੈਨ ਵੀਲ ਸੀ ਦ ਕਿਊਟ ਰੋਮਾਂਟਿਕ ਪ੍ਰਪੋਜ਼ਲ ਗਾਈਜ਼ ਪਹਿਲੇ ਤੇ ਮੈਂ PTC ਪੰਜਾਬੀ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਇਹ ਮੂਮੈਂਟ ਕ੍ਰੀਏਟ ਕਰਨ ਲਈ ਔਰ ਇਸ ਇਨਸਾਨ ਤੋਂ ਪ੍ਰਪੋਜ਼ ਕਰਵਾਉਣ ਲਈ ਸੋ ਅਬ ਸ਼ੁਰੂ ਕੀਤਾ ਜਾਏ ਮਾਨਸੀ ਜੀ ਕੀ ਤੁਸੀਂ ਮੈਨੂੰ ਇੱਕ ਹੋਰ ਇੱਦਾਂ ਦਾ ਲੱਲਾ ਦਊਂਗੇ I love you ਮਾਨਸੀ ਬਸ ਇੱਥੇ ਵੀ ਥੋੜਾ ਹੀ ਨਿਕਲਿਆ ਮੈਂ ਨਾ ਵਿਆਹ ਕਰਾਂ ਬੰਦਾ ਵੀ ਮੱਥਾ ਟੇਕ ਰਿਹਾ ਨਹੀਂ ਯਾਰ ਮੈਂ ਬਹੁਤ ਨਲਾਇਕ ਹਾਂ ਇਸ ਕੰਮ 'ਚ ਇਹ ਨਹੀਂ ਹੋਣਾ ਮੇਰੇ ਤੋਂ ਮਾਨਸੀ ਵਾਈ ਡੋਂਟ ਯੂ ਟਰਾਈ ਯਾਰ ਹਮੇਸ਼ਾ ਮੁੰਡੇ ਟਰਾਈ ਕਰਦੇ ਆ ਯਾਰ ਓਕੇ ਮਾਨਸੀ ਜੀ ਰਿਵਰਸ ਕਰਨੇ ਕੋਈ ਪ੍ਰੋਬਲਮ ਤੇ ਨਹੀਂ ਆਈ ਡੋਟ ਮਾਈਂਡ ਓਕੇ ਲੈਟਸ ਸੀ ਯਾਰ ਸਿੱਖਣ ਤੋਂ ਦਾ ਮੈਂ ਨਹੀਂ ਕਹਿੰਦਾ ਕਿ ਯੁਵਰਾਜ ਜੀ ਲਰਨ ਨਾਓ ਲਰਨ ਹਾਂ ਮੈਂ ਸਿੱਖ ਲੈਣਾ ਚਲੋ ਮੈਨੂੰ ਨਹੀਂ ਪਤਾ 7 ਜਨਮਾਂ ਦਾ ਵਿਆਹ ਰਿਲੇਸ਼ਨਸ਼ਿਪ ਕੀ ਹੁੰਦਾ ਬਟ ਮੈਨੂੰ ਇਸ ਜਨਮ ਲਾਸਟ ਬ੍ਰੈਥ ਤੱਕ ਤੁਹਾਡੇ ਨਾਲ ਵਿਦ ਕਿਡਸ ਹੈਪੀਲੀ ਰਹਿਣਾ ਮੈਨੂੰ ਵੀ ਐਕਸੈਪਟ ਤੁਸੀਂ ਲਵ ਯੂ ਲਵ ਯੂ ਨਹੀਂ ਬਟ ਔਨ ਅ ਸੀਰੀਅਸ ਨੋਟ ਥੈਂਕ ਯੂ ਯੂ ਆਰ ਯੂ ਆਈ ਗੈਟ ਇਮੋਸ਼ਨਲ ਬਸ ਬਸ ਪਾਏ ਮੈਂ ਬੋਲ ਰਿਹਾ ਹਾਂ ਬਹੁਤ ਇਮੋਸ਼ਨਲ ਫੀਲ ਕਰ ਰਹੇ ਹੋ ਪਤਾ ਹੈ ਯਾਰ ਬਹੁਤ ਇਮੋਸ਼ਨਲ